ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਖਹਿਰਾ ਬੈਂਸ ਅਤੇ ਪਟਿਆਲੇ ਤੋਂ ਸਾਂਸਦ ਗਾਂਧੀ ਧੜੇ ਵੱਲੋਂ ਇਨਸਾਫ ਮਾਰਚ ਕੱਢਿਆ ਗਿਆ ਸੀ, ਜੋ ਪੰਜਾਬ ਦੇ ਕਈ ਪਿੰਡਾਂ ਕਸਬਿਆਂ ਤੋਂ ਹੁੰਦਾ ਹੋਇਆ ਅੱਜ ਸਮਾਪਤ ਹੋਇਆ। ਤੇ ਇਸ ਦੀ ਸਮਾਪਤੀ ਤੇ ਧਰਮਵੀਰ ਗਾਂਧੀ ਨੇ ਸੱਤਾ ਤੋਂ ਸਿਆਸਤ ਤੱਕ ਹਰ ਕਿਸੇ ਨੂੰ ਨਿਸ਼ਾਨੇ ਤੇ ਲਿਆ ਅਤੇ ਦੱਸਿਆ ਕਿ ਪੰਜਾਬ ਕਿਸ ਤਰੀਕੇ ਦੇ ਨਾਲ ਖੁਸ਼ਹਾਲ ਹੋ ਸਕਦਾ ਹੈ ਅਤੇ ਪੰਜਾਬ ਦਾ ਬੇੜਾ ਆਖਿਰ ਕਿਹੜਾ ਕਾਰਨਾ ਕਰਕੇ ਬੈਠਿਆ ਹੈ ਤੇ ਕਿਹੜਾ ਨੇ ਬਿਠਾਇਆ। ਟੀਮ ਪੰਜਾਬ ਮੰਚ, ਟੀਮ ਲੋਕ ਇਨਸਾਫ ਪਾਰਟੀ ਤੇ ਟੀਮ ਖਹਿਰਾ ਵੱਲੋਂ ਪੰਜਾਬ ਦੇ ਸੰਕਟ ਨੂੰ ਲੈ ਕੇ ਉਹਦੇ ਹੱਲ ਵਾਸਤੇ ਲੋਕਾਂ ਨੂੰ ਚੇਤਨ ਕਰਨ ਵਾਸਤੇ, ਲੋਕਾਂ ਨੂੰ ਸਿਆਸਤ ਦੱਸਣ ਵਾਸਤੇ ਦੇ ਪਿੱਛੇ ਕੀ ਸਿਆਸਤ ਹੈਗੀ ਹੈ, ਅੱਜ ਰੈਲੀ ਹੋ ਰਹੀ ਹੈਗੀ ਜਿਹੜੀ ਕਿ ਲੰਬੇ 160 ਕਿਲੋਮੀਟਰ ਲੰਬੇ ਜਿਹੜਾ ਇਨਸਾਫ ਮਾਰਚ, ਉਸ ਤੋਂ ਬਾਅਦ ਅੱਜ ਲਾਸਟ ਡੇ ਹੈਗਾ ਹੈ। ਇਹਦੇ 'ਚ ਅਸੀਂ ਮਤਲਬ ਤਿੰਨ ਧਿਰਾਂ ਨੇ, ਮਤਲਬ ਇੱਕ ਪੰਜਾਬ ਪੱਖੀ ਪੋਸਚਰ ਲੈ ਕੇ, ਪੰਜਾਬ ਪੱਖੀ ਰਾਜਨੀਤੀ ਦੇ ਗੱਲ ਕਰਨ ਵਾਸਤੇ, ਜਿਹੜਾ ਕਿ ਪੰਜਾਬ 70 ਸਾਲ ਤੋਂ ਕੇਂਦਰੀਵਾਦੀ ਸਿਆਸਤ, ਜਿਹਦੇ 'ਚ ਕੇਂਦਰ ਸਰਕਾਰ ਦਾ ਪੰਜਾਬ ਦੇ ਸਾਧਨਾ ਸਰੋਤਾਂ ਦੀ ਲੁੱਟ, ਪੰਜਾਬ ਦੇ ਪਾਣੀਆਂ ਦੀ ਲੁੱਟ, ਪੰਜਾਬ ਦੇ ਪਣ ਬਿਜਲੀ ਪ੍ਰੋਜੈਕਟਾਂ ਦੀ ਲੁੱਟ, ਪੰਜਾਬ ਦੀ ਰਾਜਧਾਨੀ ਖੋਣਾ ਹੈਗਾ, ਪੰਜਾਬ ਦੀ ਪੰਜਾਬੀ ਬੋਲਦੇ ਇਲਾਕੇ ਖੋਣਾ ਹੈਗਾ, ਪੰਜਾਬੀ ਭਾਸ਼ਾ ਨਾਲ ਮਤਲਬ ਵਿਤਕਰਾ ਕਰਨਾ ਹੈਗਾ, ਪੰਜਾਬ ਦੀ ਇੰਡਸਟਰੀ ਨੂੰ ਤਬਾਹ ਕਰਨਾ, ਤਿੰਨਾਂ ਕਿਸ ਤਰ੍ਹਾਂ ਕਿ ਤਿੰਨਾਂ ਜਿਹੜੇ ਗੁਆਂਢੀ ਸੂਬੇ ਹੈ, ਉੱਤਰਾਂਚਲ ਨੂੰ, ਹਿਮਾਚਲ ਨੂੰ ਅਤੇ ਜੰਮੂ ਕਸ਼ਮੀਰ ਨੂੰ ਉੱਧਰ ਸਪੈਸ਼ਲ ਪੈਕੇਜ ਦੇ ਕੇ ਇੰਡਸਟਰੀ ਦੀ, ਪੰਜਾਬ 'ਚੋਂ 18,000 ਇੰਡਸਟਰੀਅਲ ਯੂਨਿਟ ਉਹ ਬਾਹਰ ਚਲਾ ਗਿਆ ਹੈਗਾ ਹੈ, ਜਿਸ ਕਰਕੇ ਪੰਜਾਬ ਦੇ ਨੌਜਵਾਨ ਬੇਰੁਜ਼ਗਾਰੀ ਦੇ ਧੱਕੇ ਖਾ ਰਹੇ ਆ, ਨਸ਼ਿਆਂ ਵੱਲ ਜਾ ਰਹੇ ਹੈਗੇ ਆ, ਪੰਜਾਬ ਦੀ ਕਿਸਾਨੀ ਸੰਕਟ 'ਚ ਖੁਦਕੁਸ਼ੀਆਂ ਕਰ ਰਹੀ ਹੈਗੀ ਹੈ, ਪੰਜਾਬ ਵਿੱਚ ਇਹਨਾਂ ਦੋਨਾਂ ਪਾਰਟੀਆਂ ਵੱਲੋਂ ਜੋ ਮਾਫੀਆ ਰਾਜ, ਚਾਹੇ ਉਹ ਭੂ ਮਾਫੀਆ, ਚਾਹੇ ਨਸ਼ਾ ਮਾਫੀਆ, ਚਾਹੇ ਰੇਤਾ ਬਜਰੀ ਮਾਫੀਆ, ਚਾਹੇ ਟਰਾਂਸਪੋਰਟ ਮਾਫੀਆ, ਚਾਹੇ ਕੇਬਲ ਮਾਫੀਆ, ਜ਼ਿੰਦਗੀ ਦੇ ਹਰ ਸ਼ੋਅ ਵਿੱਚ ਜਿਸ ਤਰ੍ਹਾਂ ਇਹਨਾਂ ਪਾਰਟੀਆਂ ਨੇ 25-30 ਸਾਲ ਬਾਰੀ ਬੰਨ ਕੇ ਪੰਜਾਬ ਦੀ ਲੁੱਟ ਕੀਤੀ ਹੈਗੀ ਹੈ, ਪੰਜਾਬ ਦੇ ਸਾਧਨ ਸਰੋਤਾਂ ਨੂੰ ਲੁੱਟਿਆ ਹੈਗਾ, ਪੰਜਾਬ ਨੂੰ ਲੁੱਟਿਆ, ਕੁੱਟਿਆ, ਚੱਟਿਆ, ਚੁੰਡਿਆ ਹੈਗਾ, ਔਰ ਜਿਸ ਕਰਕੇ ਕੇਂਦਰ ਦੀ ਲੁੱਟ ਦਾਬੇ ਧੌਂਸ ਦੇ ਵਿਤਕਰੇ ਕਰਕੇ ਅਤੇ ਪੰਜਾਬੀ ਜੋ ਪੰਜਾਬ ਉਹਨੇ ਰਾਜ ਕਰਦਾ ਪੰਜਾਬ 'ਚ ਪਾਰਟੀਆਂ ਨੇ, ਅਕਾਲੀ ਦਲ, ਭਾਜਪਾ ਗਠਜੋੜ ਅਤੇ ਕਾਂਗਰਸ, ਇਹਨਾਂ ਦੀ ਪੰਜਾਬ ਨੂੰ ਲੁੱਟਣ ਪੁੱਟਣ ਦੀ ਨੀਤੀ ਕਰਕੇ ਜੋ ਪੰਜਾਬ ਦੀ ਸਮਾਜ ਦਾ ਹਸ਼ਰ ਹੈਗਾ ਹੈ, ਜੋ ਜਿਸ ਰਸਾਤਲ 'ਚ ਪੰਜਾਬ ਅੱਜ ਡਿੱਗ ਗਿਆ ਹੈਗਾ, ਚਲਾ ਗਿਆ ਹੈਗਾ, ਉਸ ਤੋਂ ਨਿਕਲਣ ਦਾ ਰਸਤਾ ਇਹੀ ਹੈ ਕਿ ਪੰਜਾਬ ਮੰਚ ਜੋ ਮੰਗ ਕਰਦਾ ਹੈਗਾ, ਜੋ ਔਰਤ ਜੋ ਅਸੀਂ ਆਪਣੇ ਦੂਸਰੇ ਸੰਗੀ ਨੇ ਉਹਨਾਂ ਇਸ ਗੱਲ 'ਚ ਅਸੀਂ ਮਤਲਬ ਇੱਕ ਵਾਰਤਾਲਾਪ ਸ਼ੁਰੂ ਕੀਤਾ ਹੋਇਆ ਕਿ ਪੰਜਾਬ ਨੂੰ ਇਸ ਸੰਕਟ 'ਚੋਂ ਕੱਢਣ ਵਾਸਤੇ ਪੰਜਾਬ ਨੂੰ ਇੱਕ ਪੰਜਾਬ ਪੱਖੀ ਰਾਜਨੀਤੀ ਦੀ ਲੋੜ ਹੈਗੀ ਹੈ, ਕੇਂਦਰੀਵਾਦੀ ਰਾਜਨੀਤੀ ਦੇ ਉਲਟ ਜਾ ਕੇ ਉਸ ਦੇ ਵਿਰੋਧ ਵਿੱਚ ਇੱਕ ਪੰਜਾਬ ਪੱਖੀ ਧਿਰਾਂ ਨੂੰ ਇਕੱਠੇ ਹੋ ਕੇ ਪੰਜਾਬ ਪੱਖੀ ਰਾਜਨੀਤੀ ਝੰਡਾ ਬੁਲੰਦ ਕਰਨਾ ਚਾਹੀਦਾ ਹੈਗਾ ਹੈ, ਜਿਹਦੇ 'ਚ ਫੈਡਰਲ ਇੰਡੀਆ ਚਾਹੀਦਾ, ਭਾਰਤ ਸੰਘੀ ਭਾਵਨਾ ਅਨੁਸਾਰ ਚੱਲੇ, ਜਮਹੂਰੀ ਪੰਜਾਬ ਚਾਹੀਦਾ, ਜੀ ਦਲਿਤਾਂ ਨੂੰ ਅਤੇ ਔਰਤਾਂ ਨੂੰ ਜਿਹੜੇ ਉਹਨਾਂ ਦੇ ਸਮਾਜਿਕ ਆਰਥਿਕ ਇਨਸਾਫ ਮਿਲੇ, ਅਤੇ ਇੱਕ ਭਾਰਤੀ ਸੰਘ ਅੰਦਰ ਸਾਰੇ ਰਾਜਾਂ ਨੂੰ ਸਮੇਤ ਪੰਜਾਬ ਦੇ ਖੁਦ ਮੁਖਤਿਆਰੀ ਚਾਹੀਦੀ ਹੈ, ਅਸੀਂ ਆਪਣਾ ਪੰਜਾਬ ਆਪ ਚਲਾਉਣਾ ਚਾਹੁੰਦੇ ਹਾਂ, ਪੰਜਾਬ ਕੋਲ ਉੱਦਮੀ ਕਿਸਾਨ ਹੈ, ਉੱਦਮੀ ਨੌਜਵਾਨ ਹੈ, ਉੱਦਮੀ ਸਾਡੇ ਮਤਲਬ ਇੰਡਸਟਰੀਸਟ ਹੈਗੇ ਆ, ਅਸੀਂ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣਾ ਚਾਹੁੰਦੇ ਹਾਂ, ਪੰਜਾਬ ਦੀ ਖੁਸ਼ੀ ਹੋਈ ਕਲਗੀ ਮੁੜ ਕੇ ਪੰਜਾਬ ਦੇ ਸਿਰ 'ਤੇ ਸਜਾਉਣਾ ਚਾਹੁੰਦੇ ਹੈਗੇ ਹਾਂ, ਜਿਸ ਕਰਕੇ ਅੱਜ ਦਾ ਮਾਰਚ ਹੋ ਰਿਹਾ ਹੈਗਾ, ਅੱਜ ਦਾ ਮਾਰਚ ਖਤਮ ਹੋ ਕੇ ਇੱਥੇ ਅੱਜ ਰੈਲੀ ਹੋ ਰਹੀ ਹੈਗੀ ਹੈ, ਜੀ ਜੇ ਤਿੰਨੇ ਤਰ੍ਹਾਂ ਸ਼ਾਮਿਲ ਹੋਏ ਨੇ। ਪੰਜਾਬ ਮੰਚ ਦੀ ਕੋਸ਼ਿਸ਼ ਹੈਗਾ ਕਿ ਜਿਹੜਾ ਸਾਂਝਾ ਸਿਆਸੀ ਟੀਚਾ ਹੈਗਾ ਉਹ ਹੋਵੇ ਜਮਹੂਰੀ ਪੰਜਾਬ, ਫੈਡਰਲ ਇੰਡੀਆ ਅਤੇ ਪੰਜਾਬ ਨੂੰ ਖੁਦ ਮੁਖਤਿਆਰੀ। ਜਿਹੜੀ ਜੜ ਹੈਗੀ ਹੈ ਪੰਜਾਬ ਦੇ ਸੰਕਟ ਦੀ, ਉਹ ਪੰਜਾਬ ਦਾ ਜੋ ਦਿੱਲੀ ਜਿਹੜਾ ਦਿੱਲੀ ਦਰਬਾਰ ਹੈਗਾ, ਚਾਹੇ ਉਹ ਕਾਂਗਰਸ ਦਾ ਰਿਹਾ ਹੋਵੇ ਚਾਹੇ ਭਾਜਪਾ ਦਾ, ਉਹਦੇ ਵੱਲੋਂ ਪੰਜਾਬ ਨਾਲ ਕੀਤਾ ਗਿਆ ਵਿਤਕਰਾ, ਲੁੱਟ, ਧੌਂਸ, ਦਾਬਾ ਅਤੇ ਪੰਜਾਬ ਨਾਲ ਜੋ ਬੇਇਨਸਾਫੀ ਹੋਈ ਹੈ ਉਹ ਹੈਗਾ, ਨਾਲ ਉਹਦੇ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਜੇ ਉਹਨਾਂ ਦੀ ਰਾਜ ਕਰਦੀਆਂ ਪਾਰਟੀਆਂ ਹੈਗੀਆਂ ਉਹਨਾਂ ਵੱਲੋਂ ਜੋ ਪੰਜਾਬ ਦੀ ਲੁੱਟ ਕੀਤੀ ਗਈ ਉਹ ਹੈਗਾ, ਦੋਨਾਂ ਕਾਰਨਾਂ ਕਰਕੇ ਅੱਜ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਕੋਈ ਐਲਾਨ ਹੋ ਸਕਦਾ ਤੀਜੇ ਫਰੰਟ ਦਾ? ਨਹੀਂ ਜੀ, ਨਹੀਂ, ਅੱਜ ਐਡਜਸਟਮੈਂਟਾਂ ਹੋ ਸਕਦੀਆਂ ਜੀ।
ਸਾਂਝੀਆਂ ਕਾਰਵਾਈਆਂ ਹੋ ਸਕਦੀਆਂ ਹੈਗੀਆਂ। ਅਸੀਂ ਮਤਲਬ ਇੱਕ ਪੰਜਾਬ ਡੈਮੋਕਰੈਟਿਕ ਅਲਾਇੰਸ, ਅਲਾਇੰਸ ਮੀਨਸ ਇੱਕ ਗਠਜੋੜ, ਉਹਦੀ ਸ਼ੁਰੂਆਤ ਮੰਨ ਲਓ, ਪਰ ਇੱਕ ਪਾਰਟੀ ਦੇ ਵਿੱਚ ਪਰੋਏ ਜਾਣਾ, ਇਹ ਟਾਸਕ ਇੱਕ ਸਾਂਝੇ ਸਿਆਸੀ ਟੀਚੇ ਤੋਂ ਬਗੈਰ ਨਹੀਂ ਹੋ ਸਕਦਾ ਹੈਗਾ। ਲੋਕ ਸਭਾ 'ਚ ਕਿਸੇ ਖਾਸ ਪਾਰਟੀ ਨੂੰ ਤੁਹਾਡੇ ਵੱਲੋਂ ਜਿਸ ਤਰ੍ਹਾਂ ਚੰਗੇ ਉਮੀਦਵਾਰਾਂ ਨੂੰ ਦੇਖੋ, ਜਿਹੜੇ ਪੰਜਾਬ ਪੱਖੀ ਜਿਹੜਾ ਏਜੰਡੇ ਦੇ ਆਉਣਗੇ, ਜੋ ਡੈਮੋਕਰੈਟਿਕ ਪੰਜਾਬ, ਫੈਡਰਲ ਇੰਡੀਆ ਅਤੇ ਪੰਜਾਬ ਦੀ ਖੁਦ ਮੁਖਤਿਆਰੀ ਵਾਸਤੇ ਆਉਣਗੇ, ਅਸੀਂ ਸਮਰਥਨ ਦੇਵਾਂਗੇ। ਡਾਕਟਰ ਸਾਹਿਬ, ਆਮ ਆਦਮੀ ਪਾਰਟੀ ਦੇ ਕੀ ਚਿਹਰੇ ਸ਼ਾਮਿਲ ਹੋ ਸਕਦੇ ਨੇ ਆਉਣ ਵਾਲੇ ਸਮੇਂ 'ਚ? ਦੇਖੋ, ਜੇਕਰ ਆਮ ਆਦਮੀ ਪਾਰਟੀ, ਸਾਡੀਆਂ 3 ਮੰਗਾਂ ਅਤੇ ਖਹਿਰਾ ਸਾਹਿਬ ਦੀ 2 ਮੰਗਾਂ, ਕਿ ਇੱਕ ਤਾਂ ਉਹਨਾਂ ਦੀ ਮੰਗ ਹੈਗੀ ਹੈ, ਸਾਡੀ ਮੰਗਾਂ ਹੈਗੀਆਂ ਕਿ ਫੈਡਰਲ ਇੰਡੀਆ, ਡੈਮੋਕਰੈਟਿਕ ਪੰਜਾਬ ਅਤੇ ਅਟੋਨਮੀ ਟੂ ਪੰਜਾਬ ਵਿਦ ਇਨ ਇੰਡੀਅਨ ਯੂਨੀਅਨ, ਇਹ ਤਾਂ ਸਹਿਮਤੀ ਦੇ ਦੇਵੇ। ਅਤੇ ਖਹਿਰਾ ਸਾਹਿਬ ਦੀ 2 ਮੰਗਾਂ ਹੈਗੀਆਂ ਕਿ ਇੱਕ ਤਾਂ ਪੰਜਾਬ ਦਾ ਜਿਹੜਾ ਯੂਨਿਟ ਹੈ ਉਹਨੂੰ ਖੁਦ ਮੁਖਤਿਆਰੀ ਦੇਵੇ, ਅਤੇ ਦੂਜਾ ਜਿਹੜਾ ਪੰਜਾਬ ਦਾ ਜਥੇਬੰਦਕ ਢਾਂਚਾ, ਇਹਨੂੰ ਤੋੜ ਕੇ ਨਵਾਂ ਢਾਂਚਾ ਬਣਾ, ਉਹ 'ਚ ਗਾਂਧੀ ਵੀ ਹੋਊਗਾ, ਖਹਿਰਾ ਵੀ ਹੋਊਗਾ, ਭਗਵੰਤ ਮਾਨ ਵੀ ਹੋਣਗੇ, ਚੀਮਾ ਸਾਹਿਬ ਵੀ ਹੋਣਗੇ, ਸਾਰਾ ਪੰਜਾਬ ਇਕੱਠਾ ਕਰ ਲਓ ਤੁਸੀਂ, ਅਸੀਂ ਆਉਣ ਨੂੰ ਤਿਆਰ ਹਾਂ ਜੀ। ਗੁਰੂ ਪਿਆਰਿਓ, ਕਿਆਸ ਤਾਂ ਇਹੀ ਲਗਾਏ ਜਾ ਰਹੇ ਨੇ ਕਿ ਬੈਂਸ, ਸੁਖਪਾਲ ਸਿੰਘ ਖਹਿਰਾ ਅਤੇ ਧਰਮਵੀਰ ਗਾਂਧੀ ਇਹ ਗੱਠਜੋੜ ਸ਼ਾਇਦ ਕਰ ਲੈਣ ਆਉਣ ਵਾਲੀਆਂ ਇਲੈਕਸ਼ਨਸ ਵਾਸਤੇ। ਪਰ ਵੇਖਣਾ ਇਹ ਹੋਵੇਗਾ ਕਿ ਪੰਜਾਬ ਦੀ ਸੱਤਾ ਦਾ ਊਂਠ ਹੁਣ ਕਿਸ ਕਰਵਟ ਬੈਠਦਾ ਹੈ, ਕਿਉਂਕਿ ਟਕਸਾਲੀ ਆਗੂਆਂ ਨੇ ਵੀ ਖੁੱਲ੍ਹਾ ਸੱਦਾ ਦਿੱਤਾ ਸੀ ਖਹਿਰੇ ਧੜੇ ਨੂੰ, ਪਰ ਉਹਨਾਂ ਦੇ ਨਾਲ ਖਹਿਰਾ ਨਜ਼ਰ ਨਹੀਂ ਆਏ ਅਤੇ ਟਕਸਾਲੀ ਆਗੂਆਂ ਨੇ ਆਪਣੀ ਨਵੀਂ ਅਕਾਲੀ ਦਲ ਦਾ ਐਲਾਨ ਕਰ ਦਿੱਤਾ ਹੈ। ਪਰ ਆਮ ਆਦਮੀ ਪਾਰਟੀ ਦੇ ਟੁੱਟੇ ਹੋਏ ਆਗੂ ਅਤੇ ਲੋਕ ਇਨਸਾਫ ਪਾਰਟੀ ਇਹ ਅੱਗੇ ਜਾ ਕੇ ਕੀ ਕਰਦੀ ਹੈ ਜਾਂ ਕਿਹੜਾ ਨਵਾਂ ਫਰੰਟ ਬਣਾਉਂਦੀ ਹੈ, ਇਹ ਆਉਣ ਵਾਲਾ ਵਕਤ ਤੈਅ ਕਰੇਗਾ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।